ਕੁੜੀ ਵਾਲੇ ਤੇ ਚੱਲਿਆ ਹੋਇਆ ਟ੍ਰੈਕਟਰ, ਅਸੀਂ ਆਪ ਨੀ ਚਲਾਇਆ। ਠੀਕ ਹੈ ਜੀ, ਆਪ ਨੇ ਚਲਾਇਆ ਮਤਲਬ ਹਾਂ, ਜੋ ਕੇ ਦੇਖਿਆ ਹੋਇਆ ਆਪਣੀ ਗੱਡੀ ਉਹਨਾਂ ਚ, ਮੈਂ ਪੰਜਾਬੀ ਚ ਮਤਲਬ ਵੀ ਬਾਈ ਕਹਿੰਦਾ ਆਪ ਹੀ ਜੋ ਕੇ ਦੇਖਿਆ ਹੋਇਆ ਕੁੜੀ ਵਾਲੇ ਤੇ ਮਾੜਾ ਕਰ ਤਾਂ ਚੱਲਦੇ ਨੀ ਟ੍ਰੈਕਟਰ। ਕਿੰਨਾ ਨਹੀਂ ਬੀਜੇ ਵੀ ਜਿੰਨਾ ਹੈਗਾ ਪੂਰਾ ਰੇਂਜ ਨਾਲ ਆਈਏ ਤੇ ਇਹ ਜਮਾ ਵੀ 1% ਵੀ ਟੱਚ ਨਹੀਂ ਕਰੇ। ਠੀਕ ਹੈ, 1% ਟੱਚ ਵੀ ਨਹੀਂ ਹੈਗੇ। ਲਓ ਵੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਤੇ ਆਪਾਂ ਕਿਹੜੇ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ, ਤੇ ਵੀਡੀਓ ਅੰਡ ਤੱਕ ਜ਼ਰੂਰ ਦੇਖਿਆ ਕਰੋ ਬਾਈ ਜੀ, ਤੇ ਵੀਡੀਓ ਕਿਵੇਂ ਲੱਗਦੀ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਤੇ ਆਪਣੇ ਨਾਲ ਬਾਈ ਸੰਦੀਪ ਜੁੜਿਆ ਗਿਆ ਅੱਜ, ਤੇ ਵੀਡੀਓ ਕਰ ਦਾਂਗੇ ਆਪਾਂ ਵੀ ਕਿੰਨੇ ਟਰੈਕਟਰ ਲੈ ਕੇ ਆਇਆ ਤੇ ਕੀ ਲੋਕੇਸ਼ਨ ਆ ਬਾਈ ਜੀ, ਬਣੇ ਰਹੋ ਬਾਈ ਜੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਬਾਈ ਸੰਦੀਪ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਬਾਈ ਜੀ? ਵਧੀਆ। ਠੀਕ ਆ ਜੀ, ਤੇ ਮੇਨ ਲੋਕੇਸ਼ਨ ਬਾਈ ਜੀ ਕੀ ਆ, ਪਿੰਡ ਕਿਹੜਾ ਜੀ? ਸੁੱਖਾ ਸਿੰਘ ਵਾਲਾ। ਠੀਕ ਹੈ ਜੀ, ਸੁੱਚਾ ਸੁੱਚਾ ਸਿੰਘ ਵਾਲਾ। ਸੁੱਖਾ ਸਿੰਘ, ਸੁੱਖਾ ਸਿੰਘ ਵਾਲਾ। ਠੀਕ ਹੈ ਜੀ, ਟਰੈਕਟਰ ਉਰੇ ਖੜੇ ਹੁੰਦੇ ਜਾਂ ਆਪਣੇ ਪਿੰਡ? ਜਿਹੜਾ ਇੱਕ ਅੱਧਾ ਘਰੇ ਲੈ ਜਾਂਦੇ, ਬਾਕੀ ਇੱਥੇ ਖੜੇ ਹੁੰਦੇ। ਠੀਕ ਹੈ ਜੀ, ਕਿੰਨੇ ਕੁ ਟਰੈਕਟਰ ਹੁੰਦੇ ਨੇ ਆਪਣੇ ਕੋਲ? 10-12 ਟਰੈਕਟਰ ਹੁੰਦੇ ਆ। ਠੀਕ ਹੈ ਜੀ, ਕਾਪੀ ਕਾਗਜ਼ਾਂ ਦੀ? ਪੂਰੀ ਜ਼ਿੰਮੇਵਾਰੀ ਆਪਣੀ ਹੈ ਜੀ। ਠੀਕ ਹੈ, ਗਰੰਟੀ ਹੋ ਗਈ? ਹਾਂ। ਠੀਕ ਹੈ ਜੀ, ਕੁੱਟਾ ਕਢਾ ਇੰਟਰਾਈਡ ਜੇ ਮਾੜੀ ਮੋਟੀ ਵੀ ਕਾਪੀ ਕਾਗਜ਼ਾਂ ਦੀ ਕਮੀ ਹੋਵੇ, ਉਹ ਵੀ ਇੰਟਰਾਈਡ 'ਚ ਕਮੀ ਹੋਵੇ। ਠੀਕ ਹੈ, ਵੇਚਦੇ ਨਹੀਂ ਹੈਗੇ ਆਪਾਂ। ਠੀਕ ਹੈ ਜੀ, ਪੰਜਾਬ ਜਾਂ ਹਰਿਆਣਾ ਨੰਬਰ ਜੀ? ਪੰਜਾਬ ਹਰਿਆਣਾ ਦੋਨੇ ਹੁੰਦੇ। ਦੋਨੇ ਹੁੰਦੇ ਹੈਗੇ। ਠੀਕ ਹੈ ਜੀ, ਤੇ ਲਓ ਬਈ ਆਪਾਂ ਸਟਾਰਟ ਕਰਾਂਗੇ ਵੀਡੀਓ ਸਵਰਾਜ 855 ਤੋਂ, 4-star ਰਿਵਰਸ ਪੀਟੀਓ ਤੋਂ, ਬਿਨਾਂ ਦੇਗੀ ਚੁੱਲ੍ਹੇ ਦਾ। ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ, ਕਿੰਨੇ ਕੁ ਪੈਸੇ ਪੈ ਗਏ? ਟਾਇਰ ਹੈਗੇ ਵੀ ਮਗਰਲੇ 70-80 ਪੈਸੇ ਦੇ ਟਾਇਰ। ਠੀਕ ਹੈ ਜੀ, 80 ਪੈਸੇ ਬੈਕ ਟਾਇਰ ਨੇਗੇ, ਤੇ ਅਗਲੇ ਬਾਈ ਜੀ ਅਗਲੇ ਵੀ 80 ਮੰਗੂ ਪੈਣੇ ਨਾ। ਠੀਕ ਹੈ ਜੀ, ਚਲੋ ਬਈ ਕੰਡੀਸ਼ਨ ਚੈੱਕ ਕਰ ਲਓ। ਚੌਕੜਾ ਤੇ ਚੱਲਿਆ ਹੋਇਆ ਟ੍ਰੈਕਟਰ, ਅਸੀਂ ਆਪ ਨਹੀਂ ਚਲਾਇਆ। ਠੀਕ ਹੈ ਜੀ, ਆਪ ਨੇ ਚਲਾਇਆ ਮਤਲਬ ਜੋ ਕੇ ਦੇਖਿਆ ਹੋਇਆ ਆਪਣੀ ਗੱਡੀ ਉਹਨਾਂ 'ਚ, ਮੈਂ ਪੰਜਾਬੀ 'ਚ ਚਲੋ ਬਈ ਬਾਈ ਕਹਿੰਦਾ ਆਪ ਹੀ ਜੋ ਕੇ ਦੇਖਿਆ ਹੋਇਆ। ਕੁੜੀ ਵਾਲੇ ਤੇ ਮਾੜਾ ਕਰ ਤਾਂ ਚੱਲਦਾ ਨਹੀਂ ਟ੍ਰੈਕਟਰ। ਠੀਕ ਹੈ ਜੀ, ਮਾੜਾ ਟ੍ਰੈਕਟਰ ਚੱਲਦਾ ਨਹੀਂ ਹੈਗਾ ਬਾਈ ਕਹਿੰਦਾ, ਅਜੇ ਮਤਲਬ ਪਹਿਲੀ ਮੰਡੀ ਲਿਆ ਕੇ ਲਾਇਆ ਨਾ ਤੂੜੀ। ਹਾਂ, ਪਹਿਲੀ ਮੰਡੀ ਲਾਇਆ। ਠੀਕ ਹੈ ਬਾਈ ਜੀ, ਤੇ ਪੰਜਾਬ ਨੰਬਰ ਘਰ ਆਣਾ ਬਾਈ ਜੀ? ਪੰਜਾਬ ਨੰਬਰ ਹੀ। ਠੀਕ ਹੈ ਜੀ, ਪੰਜਾਬ ਨੰਬਰ ਆ PV13, ਸੰਗਰੂਰ ਦਾ ਨੰਬਰ ਆ ਬਾਈ ਜੀ। ਤੇ ਮਾਡਲ ਬਾਈ ਜੀ? 12 ਮਾਡਲ। ਇਹ ਵੀ 12 ਮਾਡਲ ਹੈਗਾ, ਪਾਵਰ ਸਟੀਅਰਿੰਗ ਚ ਬਾਈ ਜੀ। ਤੇ ਇਹਦੀ ਕੀ ਡਿਮਾਂਡ ਆ ਬਾਈ ਜੀ? 4,63,000 ਹੈ। ਠੀਕ ਹੈ ਜੀ, 4,63,000 ਰੁਪਇਆ ਡਿਮਾਂਡ ਆ। ਤੇ ਟੱਚਿੰਗ ਫਚਿੰਗ ਜੀ ਬਾਈ ਜੀ? ਸਾਰਾ ਕੁਝ ਓਕੇ, ਓਰੀਜਨਲ ਹੀ ਆ। ਹਾਂ, ਓਰੀਜਨਲ ਹੀ ਆ। ਠੀਕ ਹੈ ਜੀ, ਮਾੜਾ ਮੋਟਾ ਜਿਵੇਂ ਆਪਾਂ ਕਹਿੰਦਾ ਬਾਈ ਕਹਿੰਦਾ ਮਾੜਾ ਮੋਟਾ, ਪਰ ਬੰਪਰ ਤਾਂ ਅਜੇ ਤੱਕ ਵੀ ਨਹੀਂ ਫੇਟ ਹੋਇਆ, ਬਾਕੀ ਤੇ ਦੇਖ ਵੀ ਸਕਦੇ ਬਾਈ ਜੀ। ਤੇ ਅੱਗੇ ਗਿਆ ਬਾਈ ਜੀ ਫਾਰਮ ਟਰੈਕ 60 ਦਾ, ਬਠਿੰਡੇ ਨੰਬਰ ਦਾ ਗਾ, ਫਰੰਟ ਟਾਇਰ ਹੈਗਾ 90 ਪੈਸੇ ਨਾ। ਹਾਂਜੀ, ਤੇ ਬੈਕ ਟਾਇਰ ਤੇ 14 ਵਾਲੇ ਨਵੇਂ ਆ ਗਏ। ਆਪ ਹੀ ਪੁਆਏ ਬਾਈ ਟਾਇਰ ਤੁਸੀਂ? ਆਪ ਨਹੀਂ ਪੁਆਏ। ਠੀਕ ਹੈ ਜੀ, ਤੇ ਬਿੱਲ ਵਗੈਰਾ ਮਿਲ ਜੂ ਉਹਨਾਂ ਦਾ? ਮਿਲ ਜੂਗਾ ਜੀ। ਠੀਕ ਹੈ ਜੀ, ਬਿੱਲ ਵਗੈਰਾ ਮਿਲ ਜੂਗਾ ਬਾਈ ਜੀ। ਸਾਦੀ ਕਟਾਈ ਵਾਲਾ ਗਾ, ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਬਾਈ ਜੀ। ਤੇ ਬਾਕੀ ਤੁਹਾਨੂੰ ਦਿਖਾ ਦਿੰਦੇ ਬਾਈ ਜੀ, ਕੰਡੀਸ਼ਨ ਪੂਰੀ ਸਾਫ ਹੀ ਆ, ਮਗਰ ਆਟਾ ਵਗੈਰਾ 'ਚ ਵੀ ਨਹੀਂ ਕੰਮ ਰਵਾ ਦੇਣਗੇ। ਟੇਪ ਵਗੈਰਾ ਦਾ ਸ਼ੌਂਕ ਨੂੰ ਹੈ ਨਾ ਬਾਈ? ਹਾਂਜੀ। ਠੀਕ ਹੈ ਬਾਈ ਜੀ, ਤੇ ਬਾਕੀ ਕੰਡੀਸ਼ਨ ਦਾ ਸਾਫ ਹੈਗਾ। ਓਰੀਜਨਲੀ ਬਈ ਇਹ ਵੀ ਜਿੰਨਾ ਹੈਗਾ? ਪੂਰਾ ਓਰੀਜਨਲ ਹੈ ਜੀ, ਤੇ ਇਹ ਜਮਾ ਵੀ 1% ਵੀ ਟੱਚ ਨਹੀਂ ਕਰੇ। ਠੀਕ ਹੈ, 1% ਟੱਚ ਵੀ ਨਹੀਂ ਹੈਗੇ। ਬਾਈ ਨੇ ਪਹਿਲੀ ਦੱਸਤਾ ਵੀ ਜਿਹੜੀ ਚੀਜ਼ ਹੋਊਗੀ 10 ਕੇ ਦੇਵਾਂਗੇ ਨਾ। ਹਾਂ, ਠੀਕ ਹੈ ਬਾਈ ਜੀ, ਆਪਣੇ ਮਾਰਨਾ ਆਪਣਾ। ਠੀਕ ਹੈ ਜੀ, ਤੇ ਮਾਡਲ ਬਾਈ ਜੀ? 9 ਮਾਡਲ ਹੈ ਜੀ। ਠੀਕ ਹੈ ਜੀ, 9 ਮਾਡਲ ਹੈਗਾ, ਤੇ ਬਾਕੀ ਕੰਡੀਸ਼ਨ ਵੀ ਚੈੱਕ ਕਰ ਲਓ। ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ? 3,23,000 ਹੈ ਜੀ। ਇਹ ਵੀ 3,23,000 ਰੁਪਏ ਡਿਮਾਂਡ ਆ, ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਬਾਈ। ਹਾਂਜੀ, ਜਿਹੜੇ ਪੇਜ ਨੂੰ ਦੇਖ ਕੇ ਉਹਨੂੰ ਸਪੈਸ਼ਲ 10,000 ਦਾ ਡਿਸਕਾਊਂਟ ਦੇਵਾਂਗੇ। ਠੀਕ ਹੈ, 10,000 ਰੁਪਏ ਦਾ ਲੈ ਬਾਈ ਜੀ, 10,000 ਰੁਪਏ ਦਾ ਡਿਸਕਾਊਂਟ ਹੋ ਗਿਆ ਸਿੱਧੀ 3,13,000 ਰੁਪਇਆ। ਤੇ ਲਓ ਵੀ ਟਰੈਕਟਰ ਵੀ ਕੱਟਿਆ ਜਾਊਗਾ, ਤੇ ਇਹ ਤੇ ਲੋਨ ਨਹੀਂ ਹੋਣਾ ਨਾ ਬਾਈ, 9 ਮਾਡਲ ਆ, ਤੇ ਉੱਥੇ ਦਾ ਹੋ ਜੂਗਾ ਬਾਈ। ਤੇ ਅੱਗੇ ਕਿ ਬਾਈ ਸਵਰਾਜ 855 3-star ਵਾਲਾ, ਪਹਿਲਾਂ ਅੱਜ ਤਾਂ ਸਵਰਾਜ 855 ਦਾ ਤੁਸੀਂ ਯਾਦ ਕਰਨਾ ਚਾਹੀਦਾ ਜੀ ਨਾ, ਸਵਰਾਜ ਦਾ ਵੱਧ। ਠੀਕ ਆ ਬਾਈ ਜੀ, ਇਹ 3-star ਆ ਗਿਆ, ਬਾਹਰ ਪੰਪ ਆ ਗਿਆ। ਸਾਦੀ ਕਟਾਈ ਚ ਬਾਈ ਜੀ? ਸਾਦੀ ਚ ਜੀ। ਠੀਕ ਹੈ, ਸਾਦੀ ਕਟਾਈ ਚ ਫਰੰਟ ਟਾਇਰ ਨਵੇਂ ਨੇ, ਤੇ ਬੈਕ ਟਾਇਰ ਬਾਈ ਜੀ 70-80 ਪੈਸੇ ਹੈਗੇ ਜੀ। ਠੀਕ ਹੈ ਜੀ, ਤੇ ਲਓ ਬਾਈ ਜੀ ਇਹ ਵੀ ਪੰਜਾਬ ਨੰਬਰ ਆ, ਬਠਿੰਡੇ ਦਾ ਨੰਬਰ ਆ, ਤੇ ਅੱਜ ਬਾਈਆਂ ਕੋਲੇ ਤਕਰੀਬਨ ਜਿਹੜਾ ਸਟਾਕ ਹੈਗਾ ਪੰਜਾਬ ਨੰਬਰ ਦੀ ਹੈਗਾ। ਤੇ ਇਹ ਕਿੰਨੇ ਮਾਡਲ ਆ ਬਾਈ? 9 ਮਾਡਲ ਹੈ ਜੀ। ਠੀਕ ਹੈ ਜੀ, ਤੇ ਇਹਦੀ ਕੀ ਡਿਮਾਂਡ ਆ ਜੀ? 3,53,000 ਜੀ।
ਇਹ 3,53,000 ਰੁਪਏ ਡਿਮਾਂਡ ਆ ਗਈ। ਕੰਡੀਸ਼ਨ ਟਰੈਕਟਰ ਦੀ ਜ਼ਰੂਰ ਚੈੱਕ ਕਰ ਲਓ, ਵਧੀਆ ਕੰਡੀਸ਼ਨ ਪਈ ਆ, ਸਾਫ਼ ਪਿਆ ਗਾ। ਅਤੇ ਅੱਗੇ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ 'ਚ, ਅਤੇ ਫਰੰਟ ਰੇਡੀਅਲ ਟਾਇਰ ਆ ਗਏ ਬਾਈ ਜੀ। ਅਤੇ ਬੈਕ ਟਾਇਰ ਕਿੰਨੇ ਕੁ ਪੈਸੇ ਪਿਆ ਬਾਈ ਜੀ? 70-80 ਪੈਸੇ ਪਏ ਜੀ। ਠੀਕ ਆ ਜੀ, 70-80 ਪੈਸੇ ਬੈਕ ਟਾਇਰ ਪੈ ਨੇਗੇ ਬਾਈ ਜੀ। ਅਪੋਲੋ ਦੇ ਬੈਕ ਟਾਇਰ ਨੇਗੇ, 14 ਦੇ ਟਾਇਰਾਂ 'ਚ ਗਾ। ਕੰਡੀਸ਼ਨ ਚੈੱਕ ਕਰ ਲਓ ਬਾਈ ਜੀ, ਅਤੇ 7 ਨਵੀਂ ਲੱਗੀ ਹੋਈ ਹੈਗੀ। ਅਤੇ ਮਾਡਲ ਬਾਈ ਜੀ ਇਹ 12 ਮਾਡਲ ਹੈ ਜੀ। ਠੀਕ ਆ ਜੀ, ਅਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ, ਇਕੱਲਾ ਬੰਪਰ ਹਜੇ ਤੱਕ ਪੇਂਟ ਹੋਇਆ ਹੋਇਆ, ਬਾਕੀ ਤੁਸੀਂ ਚੈੱਕ ਕਰ ਲਓ। ਅਤੇ ਪਾਵਰ ਸਟੀਅਰਿੰਗ ਜਾਣਾ ਵੀਰੇ? ਪਾਵਰ ਸਟੀਅਰਿੰਗ ਹੈ ਜੀ। ਠੀਕ ਆ ਜੀ, ਅਤੇ ਇਹਦੀ ਕੀ ਡਿਮਾਂਡ ਆ ਬਾਈ ਜੀ? 4,53,000 ਜੀ। ਇਹ ਵੀ 4,53,000 ਰੁਪਏ ਡਿਮਾਂਡ ਆ ਗਈ, ਮਾਨਤਾਨ ਹੋ ਜੂਗਾ ਬਾਈ ਜੀ ਮੌਕੇ 'ਤੇ। ਅਤੇ ਇਹ ਵੀ ਜੋ ਕੇ ਦੇਖਿਆ ਹੋਇਆ ਬਾਈ ਜੀ? ਹਾਂਜੀ। ਠੀਕ ਆ ਬਾਈ ਜੀ, ਪੰਜਾਬ ਇਹ ਆਪਣੇ ਕਰਾਹ ਚੱਲਦਾ ਸੀ ਉਹਤੇ ਇਕੱਲਾ ਆਏ ਸੀ, ਇਹਨੂੰ ਵਣ ਪੱਧਰ ਕੀਤਾ ਜੀ। ਇਕੱਲਾ ਇਕੱਲਾ ਟਰੈਕਟਰ ਲਾ ਕੇ ਦੇ ਦਿੰਦੇ ਵੀ ਆ ਵੀ ਕਿਹੜਾ ਕਿੱਥੇ ਕੰਮ ਆਉਂਦਾ ਗਾ ਬਾਈ। ਬਾਈ ਕਹਿੰਦਾ ਕੰਮ ਵੀ ਇੱਕ ਨੰਬਰ ਆ, ਟਰੈਕਟਰ ਵੀ ਇੱਕ ਨੰਬਰ ਹੋਊਗਾ, ਕਾਗਜ਼ ਪੱਤਰਾਂ ਦੀ ਉਸ ਹਿਸਾਬ ਨਾਲ ਆਪਾਂ ਬੰਦੇ ਨੂੰ ਗਰੰਟੀ ਦਿੰਦੇ ਵੀ ਆਹ ਚੀਜ਼ ਦੀ ਆਪਣੀ ਫੁੱਲ ਗਰੰਟੀ। ਠੀਕ ਆ, ਵੀ ਇੱਕ ਵਾਰੀ ਆਲਾ ਚੈੱਕ ਕਰਕੇ ਜ਼ਰੂਰ ਲੈ ਕੇ ਜਾਵੇ, ਕਾਗਜ਼ ਪੱਤਰਾਂ ਦੀ ਗਰੰਟੀ ਕਿ ਜਿੰਨਾ ਟਾਈਮ ਨਾ ਨਹੀਂ ਹੁੰਦਾ। ਅਤੇ ਅੱਗੇ ਕਹੇ ਬਾਈ ਜੀ ਸਵਰਾਜ 855 3-star ਵਾਲਾ, ਠੀਕ ਆ ਜੀ, 7 ਕਟਾਈ ਵਾਲਾ, ਅਤੇ ਇਹ ਵੀ ਪੰਜਾਬ ਨੰਬਰ ਆ, PV23। ਅਤੇ ਬੈਕ ਟਾਇਰ ਬਾਈ ਜੀ ਇਹਦੇ ਕਿੰਨੇ ਕੁ ਪੈਸੇ ਪਏ ਗਏ? 70-80 ਪੈਸੇ ਪਏ ਜੀ। ਠੀਕ ਆ ਜੀ, 70-80 ਪੈਸੇ ਬੈਕ ਟਾਇਰ ਪੈ ਨੇਗੇ, ਅਤੇ ਵਧੀਆ JK 16 ਨੰਬਰ 1 ਦੇ ਟਾਇਰ ਨੇ। ਅਤੇ ਅਗਲੇ ਟਾਇਰ ਬਾਈ ਜੀ? ਅਗਲੇ ਟਾਇਰ ਅੱਗੇ 40-50 ਦਾ ਸੀ। ਠੀਕ ਆ ਜੀ, ਅੱਧੇ ਗਏ ਗਣਗੇ। ਅਤੇ ਮਾਡਲ ਬਾਈ ਜੀ? 9 ਮਾਡਲ ਹੈ ਜੀ। ਠੀਕ ਆ ਜੀ, 9 ਮਾਡਲ ਹੈਗਾ, ਅਤੇ ਇਹਦੀ ਕੀ ਡਿਮਾਂਡ ਆ ਬਾਈ ਜੀ? 3,73,000 ਜੀ। ਇਹ ਵੀ 3,73,000 ਰੁਪਏ ਡਿਮਾਂਡ ਹੈਗੀ, ਅਤੇ ਬਾਕੀ ਟੇਪ ਵਗੈਰਾ ਦੇਖ ਸਕਦੇ ਹੋਗੇ, ਅਤੇ ਵਿੱਚੋਂ ਮਗਰਾਟ ਦੇਖ ਸਕਦੇ ਨੇ ਬਾਈ ਜੀ, ਸਾਫ਼ ਪਏ ਨੇ, ਓਕੇ ਰਿਪੋਰਟ ਪਏ ਨੇ, ਸਿੰਪਲ ਕੱਪੜੇ ਵਾਲੀ ਸਾਦ ਰਹੀ ਹੈਗੀ। ਅਤੇ ਘਰੇ ਕਿਹੜੇ ਕਿਹੜੇ ਟਰੈਕਟਰ ਖੜੇ ਨੇ ਬਾਈ ਜੀ? ਘਰੇ 850 ਖੜੇ ਜੀ, 4-5 ਅਤੇ ਇੱਕ ਜੋਨੀ ਉਹ ਕਿਹੜਾ ਗਾ, ਅਰਜਨ। ਅਰਜਨ ਖੜਾ ਗਾ, ਅਰਜਨ 12 ਮਾਡਲ। 12 ਮਾਡਲ, ਅਤੇ ਕਿਹੜਾ ਗਾ ਬਾਈ ਜੀ? 555 ਅਤੇ 12 ਮਾਡਲ, ਅਤੇ ਕੀ ਡਿਮਾਂਡ ਆ ਬਾਈ ਜੀ? ਡਿਮਾਂਡ ਪਤਾ ਨਹੀਂ, ਇਹ ਤਾਂ ਅਗਲੀ ਮੰਡੀ ਆਊ ਇੱਥੇ। ਠੀਕ ਹੈ ਜੀ, ਅਗਲੀ ਮੰਡੀ ਆ ਗਿਆ ਉਹ ਪਤਾ ਲੱਗ ਜੂਗਾ। ਠੀਕ ਆ ਜੀ, ਅਤੇ ਲੋਕੇਸ਼ਨ ਬਾਈ ਜੀ ਮਾਨਸਾ ਦੇ ਨੇੜੇ ਪੈ ਜਾਂਦੀ ਹੈ ਨਾ? ਹਾਂਜੀ, ਮੋਬਾਈਲ ਨੰਬਰ 10 ਕਿਲੋਮੀਟਰ। ਠੀਕ ਆ ਜੀ, 9172-38-225। ਇੱਕ ਵਾਰੀ ਹੋਰ ਬੋਲ ਦਿਓ, 9172-38-225। ਠੀਕ ਹੈ ਬਾਈ, ਬਹੁਤ ਬਹੁਤ ਧੰਨਵਾਦ, ਗੱਲ ਕਰਕੇ ਬਹੁਤ ਵਧੀਆ ਲੱਗਿਆ। ਲਓ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦੇ ਗਏ ਨਵੀਂ ਤਦ ਤੱਕ ਲਈ ਧੰਨਵਾਦ।